ਬਾਕੀ ਬਾਕੀ ਰਸੀਦ ਦਿਓ ਸਾਨੂੰ ਵੀ ਕਿੱਥੇ ਰਜਿਸਟਰ ਕੀਤੇ ਪਏ ਐਫ ਆਰ ਆਈ ਦਿਓ ਸਰਕਾਰ ਇਸ ਕਰਕੇ ਨਹੀਂ ਕੀਤਾ ਜਾ ਰਿਹਾ ਕਿ ਆਪਾਂ ਨੂੰ ਮੁੰਡੇ ਦੇ ਪਿਓ ਦਾ ਸੀ ਆ ਠੀਕ ਹੈ ਜੀ ਉਹ ਹਜੇ ਤਾਈ ਨਾ ਕੋਈ ਮਿਲਦੇ ਅਸਲਾ ਫੜਿਆ ਤੇ ਨਾ ਹੀ ਮੁੰਡੇ ਦਾ ਪਿਓ ਅਰੈਸਟ ਕੀਤਾ ਗਿਆ ਜਿੰਦਰ ਉਹ ਦੋਵੇਂ ਪਿਓ ਪੁੱਤਰ ਅਰੈਸਟ ਨਹੀਂ ਕੀਤੇ ਜਾਂਦੇ ਸੀ ਸੰਸਕਾਰ ਨਹੀਂ ਕਰਨਾ ਦੂਜੀ ਗੱਲ ਇਹ ਕਹਿਣਾ ਚਾਹੂੰਗੀ ਪੁਲਿਸ ਵਾਲੇ ਚਲੋ ਬੱਚਿਆਂ ਕੋਲ ਜੋ ਸੀਗਾ ਕੁਛ ਪਰਸ ਵਗੈਰਾ ਜਾਂ ਕੁਛ ਵੀ ਮੋਬਾਈਲ ਉਹ ਫੜ ਲੈਣ ਫੜ ਲਓ ਹੁਣ ਘਰ ਹੀ ਫੋਨ ਹੈ ਜਿਹੜਾ ਉਹਦਾ ਉਹ ਵੀ ਮੈਥੋਂ ਖੋ ਕੇ ਲੈ ਗਿਆ ਮੈਨੂੰ ਇਹਦਾ ਮਸਲੇ ਦਾ ਨਹੀਂ ਪਤਾ ਲੱਗਦਾ ਮੇਰਾ ਫੋਨ ਮੈਨੂੰ ਵਾਪਸ ਚਾਹੀਦਾ ਪੁਲਿਸ ਵਾਲੇ ਫੜ ਕੇ ਲੈ ਨਾਮ ਵਗੈਰਾ ਕੁਛ ਨਾਮ ਵਗੈਰਾ ਤਾਂ ਮੈਨੂੰ ਹੁਣ ਇੰਨਾ ਟੈਨਸ਼ਨ ਦੇ ਵਿੱਚ ਨਹੀਂ ਸ਼ੋਕ ਪਤਾ ਲੱਗਦਾ ਗਾ ਪਰ ਮੇਰਾ ਫੋਨ ਲੈ ਗਈ ਹੈ ਕਹਿੰਦੇ ਮੈਨੂੰ ਫੋਨ ਦਿਖਾ ਦਿਖਾ ਤਾਂ ਮੁੜ ਕੇ ਦੇ ਮੰਗ ਇਹੀ ਸਾਨੂੰ ਨਿਆਂ ਚਾਹੀਦਾ ਜਿਵੇਂ ਮੇਰੇ ਦੋ ਬੱਚੇ ਤੜਫਦੇ ਮਰ ਗਏ ਅਨਿਆਈ ਮੌਤ ਸਾਨੂੰ ਉਵੇਂ ਹੀ ਚਾਹੀਦਾ ਵੀ ਮੌਤ ਤੇ ਮੇਰੇ ਮੌਤ ਹੀ ਚਾਹੀਦੀ ਸਖਤ ਦੋਵੇਂ ਪਿਓ ਪੁੱਤਾਂ ਦੀ ਚਾਹੀਦੀ ਸਾਨੂੰ ਬਸ ਅਤੇ ਸਾਨੂੰ ਸਜ਼ਾ ਚਾਹੀਦੀ ਉਹਨਾਂ ਲਈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਮੈਨੂੰ ਪਤਾ ਮੇਰੇ ਬੱਚੇ ਕਿਵੇਂ ਤੜਫ ਤੜਫ ਕੇ ਮਰੇ ਆ ਇੱਕ ਘੰਟੇ ਦਾ ਬੱਚਾ ਮਾਸੂਮ ਨਹੀਂ ਸਹਿਣ ਹੋ ਸਕਦਾ ਗਾ ਅਤੇ ਮੇਰੇ ਬੱਚੇ ਪਾਲ ਪਲੋਸ ਕੇ ਕਿਵੇਂ ਗਰੀਬੀ ਦਾਅਵੇ ਦੇ ਵਿੱਚ ਮੈਂ ਪਾਲੇ ਆ ਕਿਵੇਂ ਪੜ੍ਹਾਏ ਆ ਲਿਖਾਏ ਉਹ ਮੈਨੂੰ ਪੁੱਛ ਸਕਦਾ ਮੇਰੇ ਦਿਲ ਨੂੰ ਪੁੱਛ ਸਕਦਾ ਕੋਈ ਬੰਦਾ ਹੋਰ ਕੋਈ ਨਹੀਂ ਕਿਸੇ ਨੂੰ ਫੀਲ ਹੀ ਨਹੀਂ ਹੋ ਸਕਦਾ ਜੇ ਅੱਜ ਮੇਰੀ ਬੱਚੀ ਆ ਗਰੀਬ ਦੀ ਕਿਸੇ ਹੋਰ ਦੀ ਬੱਚੀ ਹੋ ਸਕਦੀ ਉਹਦੇ ਨਾਲ ਵੀ ਹੋ ਸਕਦੀ ਜੇ ਅੱਜ ਇਹਨਾਂ ਨੂੰ ਨਿਆਂ ਨਾ ਮਿਲਿਆ ਬੱਚੇ ਨੂੰ ਕੱਲ੍ਹ ਨੂੰ ਹੋਰ ਵੀ ਕੁਛ ਕਰ ਲੈਣਗੇ ਹੋਰ ਦੀ ਬੇਟੀ ਦੇ ਨਾਲ ਵੀ ਇਹ ਕੁਛ ਕਰਨਗੇ ਉਹ ਠੀਕ ਹੈ ਅਸੀਂ ਇਸ ਤਰ੍ਹਾਂ ਰਿਕੁਐਸਟ ਕਰ ਸਕਦੇ ਹਾਂ ਅਸੀਂ ਤੁਹਾਡਾ ਸਾਥ ਅਤੇ ਮੇਰੇ ਪਿੰਡ ਵਾਲਿਆਂ ਦਾ ਮੇਰੀ ਜਨਤਾ ਦਾ ਸਾਥ ਚਾਹੁੰਦੇ ਹਾਂ ਇਹ ਸਾਥ ਹੀ ਸਾਡਾ ਪਾਵਰ ਬਣ ਸਕਦੀ ਹੈ ਹੋਰ ਸਾਡੇ ਕੋਲ ਕਿ ਅਸੀਂ 100 ਕਿੱਲੇ ਦੇ ਮਾਲਕ ਨਹੀਂ ਸਾਡੇ ਕੋਲ ਕੋਈ ਪਹੁੰਚ ਨਹੀਂ ਹੈਗੀ ਸਾਡੀ ਜਨਤਾ ਦੀ ਪਹੁੰਚ ਹੈ ਕਿੰਨੀਆਂ ਕੁੜੀਆਂ ਸੀਗੀਆਂ ਉਦੋਂ ਬਾਅਦ ਅਸੀਂ ਗਏ ਮਾਨੂ ਕੇ ਬੱਚੇ ਨੂੰ ਕਹਿੰਦੇ ਮਨ ਕੇ ਨਿਹਾਲ ਸਿੰਘ ਵਾਲੇ ਗਏ ਸੀ ਕਹਿੰਦੇ ਉੱਥੇ ਐਡਮਿਟ ਕੀਤਾ ਪਰ ਜਦੋਂ ਸਾਡੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਸੀ ਫਰੀਦਕੋਟ ਮੈਡੀਕਲ ਦੇ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਕਰਦੇ ਕਿ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਜਾਂ ਪੂਰੇ ਨਗਰ ਖੇੜੇ ਦੇ ਵਿੱਚ ਪੰਚਾਇਤ ਦੇ ਵਿੱਚ ਖੜ੍ਹ ਕੇ ਸ਼ਰੇਆਮ ਗੋਲੀ ਮਾਰੀ ਜਾਵੇ ਕਿ ਬਾਕੀ ਦੂਜੇ ਲੋਕਾਂ ਨੂੰ ਵੀ ਸਿੱਖਿਆ ਮਿਲੀ ਹੈ ਇਸ ਗੱਲ ਦੀ ਕਿ ਇਹ ਕੰਮ ਕਰਨ ਤੋਂ ਪਹਿਲਾਂ ਠੀਕ ਹੈ ਕੁਛ ਹੋਰ ਵਾਰੀ ਸੋਚੇ ਵੀ ਦੂਸਰਾ ਬੰਦਾ ਇਹੋ ਜਿਹਾ ਕੰਮ ਕਰੇ ਬਿਨਾਂ ਜੇ ਉਹਨਾਂ ਦੀ ਕੋਈ ਧੀ ਹੈ ਨਹੀਂ ਤਾਂ ਦੂਜਿਆਂ ਦੀ ਧੀ ਬੇਟੀਆਂ ਕੋਈ ਧੀ ਬੇਟੀਆਂ ਨਹੀਂ ਹੈ ਫਿਰ ਤਾਂ ਹੋਰ ਕੋਈ ਦੂਜਾ ਬੰਦਾ ਵੀ ਜੇ ਆਪਾਂ ਸਖ਼ਤ ਕਦਮ ਨਾ ਚੱਕਿਆ ਉਹਨਾਂ ਲਈ ਤਾਂ ਉਹ ਹੋਰ ਕੋਈ ਬੰਦਾ ਵੀ ਉਹ ਕੰਮ ਕਰਨ ਦੀ ਕੋਸ਼ਿਸ਼ ਕਰੋ ਕਤਲ ਦੀ ਐਕਸੀਡੈਂਟ ਸਾਨੂੰ ਤਾਂ ਸਮਝਾਇਆ ਗਿਆ ਵੀ ਐਕਸੀਡੈਂਟ ਹੋਇਆ ਅੱਛਾ ਜੀ ਜਦ ਫਰੀਦਕੋਟ ਵਾਲੇ ਟ੍ਰਾਂਸਫਰ ਕਰਾਤਾ ਉੱਥੇ ਪਤਾ ਲੱਗਿਆ ਕਿ ਮਤਲਬ ਵੀ ਗੋਲੀਆਂ ਦਾ ਕਤਲ ਕੀਤੇ ਗਏ ਦੋਵਾਂ ਲੜਕੀਆਂ ਜਵਾਨ ਲੜਕੀਆਂ ਉੱਧਰ ਪੇਪਰ ਦੇਣ ਗਈਆਂ ਸੀਗੀਆਂ ਪੇਪਰ ਦੇ ਕੇ ਵਾਪਸ ਆ ਰਹੀਆਂ ਸੀਗੀਆਂ ਹਾਂਜੀ ਪੇਪਰ ਕੈਂਸਲ ਹੋ ਗਿਆ ਵਾਪਸ ਆ ਰਹੀਆਂ ਸੀ ਅੱਛਾ ਜੀ ਬੇਟੀਆਂ ਦੀ ਉਮਰ ਕਿੰਨੀ ਕਿੰਨੀ ਸੀ ਜੀ ਇੱਕ ਦੀ 23 ਸਾਲ ਦੀ ਜੀ ਇੱਕ ਦੀ 17.5 ਸਾਲਾਂ ਦੀ ਅੱਛਾ ਜੀ ਕੀ ਉਹਨਾਂ ਦਾ ਨਾਮ ਹੈ ਮੌਜੂਦਾ ਸਰਪੰਚ ਦਾ ਮੁੰਡਾ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਮੁੰਡੇ ਦਾ ਨਾਮ ਗੁਰਵੀਰ ਗੁਰਵੀਰ ਸਿੰਘ ਕਿੰਨੀ ਕੁ ਉਮਰ ਦਾ ਜੀ ਇਹ 30 ਸਾਲ ਦੀ ਉਮਰ ਮੁੰਡੇ ਦੀ ਹੈਗੀ ਅੱਛਾ ਜੀ 30 ਸਾਲ ਉਮਰ ਆ ਜੀ ਦੇਖੋ ਜੀ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰ ਸਕਦੇ ਹਾਂ ਵੀ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਇੱਕ ਨਹੀਂ ਦੋ ਦੋ ਕਤਲ ਕੀਤੇ ਉਹ ਵੀ ਜਵਾਨ ਲੜਕੀਆਂ ਦੇ ਹਾਂਜੀ ਅਸੀਂ ਤਾਂ ਇਹ ਮੰਗ ਕਰਦੇ ਕਿ ਇਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅੱਛਾ ਜੀ ਇਹ ਮੁੰਡਾ ਸੀਗਾ ਇਹ ਵਿਆਹਿਆ ਵਾ ਸੀਗਾ ਜੀ ਜਿਹਨੇ ਕਤਲ ਕੀਤੇ ਆ ਕੀ ਨਾਮ ਆ ਜੀ ਉਹ ਮੁੰਡੇ ਦਾ ਜੀ ਗੁਰਵੀਰ ਸਿੰਘ ਮੌਜੂਦਾ ਸਰਪੰਚ ਦਾ ਮੁੰਡਾ ਜੀ ਅੱਛਾ ਜੀ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਜੀ ਇਹ ਕਾਂਗਰਸ ਪਾਰਟੀ ਨੂੰ ਹਾਂਜੀ ਤੁਸੀਂ ਇਹ ਆਪਦਾ ਐਗਜ਼ਾਮ ਦੇਣ ਲਈ ਆਈ ਸੀਗੀ ਤੇ ਇਹਦੀ ਭੈਣ ਇਹਦੇ ਨਾਲ ਸੀਗੀ ਅਤੇ ਐਗਜ਼ਾਮ ਦੇਣ ਤੋਂ ਬਾਅਦ ਜਦੋਂ ਇਹ ਵਾਪਸ ਜਾ ਰਹੀਆਂ ਸੀਗੀਆਂ ਤਾਂ ਇਹ ਜਿਹੜਾ ਮੁੰਡਾ ਹੈਗਾ ਵਾ ਗੁਰਵੀਰ ਸਿੰਘ ਇਹਨੇ ਇਹਨਾਂ ਨੂੰ ਜ਼ਬਰਦਸਤੀ ਆਪਣੀ ਗੱਡੀ ਦੇ ਵਿੱਚ ਸਿੱਟ ਲਿਆ ਅਤੇ ਗੱਡੀ ਨੂੰ ਤੇਜ਼ ਰਫ਼ਤਾਰ ਦੇ ਨਾਲ ਭਜਾ ਕੇ ਅਤੇ ਬਾਘੇ ਪੁਰਾਣੇ ਤੋਂ ਹੁੰਦਾ ਹੋਇਆ ਨਿਹਾਲ ਸਿੰਘ ਵਾਲਾ ਸਾਈਡ ਮਾਣੂ ਕੇ ਪਿੰਡ ਪਹੁੰਚ ਗਿਆ ਰਸਤੇ 'ਚ ਇਹਨਾਂ ਦੀ ਤਾਖੀ ਜਿਹੜੀ ਹੈਗੀ ਤਕਰਾਰਬਾਜ਼ੀ ਹੁੰਦੀ ਰਹੀ ਔਰ ਇਹ ਕਈ ਤਰ੍ਹਾਂ ਦੀਆਂ ਜ਼ਬਰਦਸਤੀਆਂ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਜਦੋਂ ਉੱਥੇ ਮਾਣੂ ਕੇ ਪਿੰਡ ਪਹੁੰਚਿਆ ਤਾਂ ਕੁੜੀਆਂ ਨੇ ਬਹੁਤ ਜ਼ਿਆਦਾ ਜਦੋਂ ਵਿਰੋਧ ਕੀਤਾ ਅਤੇ ਇਹਨੂੰ ਗੱਡੀ ਇਹਨੇ ਥੋੜ੍ਹੀ ਸਲੋਹ ਹੋਈ ਅਤੇ ਇੱਕ ਕੁੜੀ ਵਿੱਚੋਂ ਉੱਤਰ ਗਈ ਇਹਨਾਂ ਦੀ ਇੱਕ ਭੈਣ ਵਿੱਚੋਂ ਉੱਤਰਨ 'ਚ ਕਾਮਯਾਬ ਹੋ ਗਈ ਇਹਨੇ ਤਹਿਸ਼ 'ਚ ਆ ਕੇ ਦੋਵਾਂ ਦੇ ਗੋਲੀਆਂ ਮਾਰੀਆਂ
ਇੱਕ ਰਿਵਾਲਵਰ 'ਚ ਪੰਜ ਰਾਊਂਡ ਸੀਗੇ, ਪੰਜ ਦੇ ਪੰਜ ਹੀ ਇਹਨੇ ਫਾਇਰ ਕਰਤੇ ਔਰ ਇੱਕ ਲੜਕੀ ਦੇ ਸਿਰ 'ਚ ਗੋਲੀ ਲੱਗੀ ਅਤੇ ਇੱਕ ਸੱਜੀ ਬਾਂਹ 'ਤੇ, ਦੂਸਰੀ ਦੀ ਵੀ ਸੱਜੀ ਬਾਂਹ ਦੇ ਉੱਤੇ ਗਰਦਨ 'ਚ ਦੂਸਰੀ ਗੋਲੀ ਲੱਗੀ। ਸੋ ਇੱਕ ਲੜਕੀ ਦੀ ਤਾਂ ਮੌਕੇ 'ਤੇ ਡੈੱਥ ਹੋ ਗਈ ਅਤੇ ਦੂਸਰੀ ਲੜਕੀ ਜਿਹੜੀ ਹੈ ਉਹ ਫਰੀਦਕੋਟ ਹੋਸਪਿਟਲ 'ਚ ਦਮ ਤੋੜ ਗਈ। ਇਹਦੇ ਬਾਰੇ ਅਸੀਂ ਮੁਕੱਦਮਾ ਜਿਹੜਾ ਕਤਲ ਦਾ ਮੁਕੱਦਮਾ ਅਤੇ ਨਜਾਇਜ਼ ਵੈਪਨ 2554 ਆਮ ਸੈਕਟ ਦੇ ਵਿੱਚ ਵੀ ਇੱਥੇ ਮੁਕੱਦਮਾ ਦਰਜ ਕੀਤਾ। ਇਹ ਜਿਹੜਾ ਵੈਪਨ ਆ 32 ਬੋਰ ਦਾ ਰਿਵੋਲਵਰ, ਇਹ ਲਸੰਸੀ ਰਿਵੋਲਵਰ ਆ, ਇਹਦਾ ਜਿਹੜਾ ਬਾਪ ਆ ਜਗ ਇਹਦਾ ਜਿਹੜਾ ਬਾਪ ਆ ਪਿੰਡ ਦਾ ਸਰਪੰਚ ਸੇਖਾਂ ਦਾ, ਉਹਦਾ ਇਹ ਆਪਦਾ ਲਸੰਸੀ ਰਿਵੋਲਵਰ। ਸੋ ਇਹਨੂੰ ਅਸੀਂ ਫਿਰ ਰਾਤ ਹੀ ਮੋਗਾ ਪੁਲਿਸ ਨੇ ਪੂਰੀ ਮੁਸ਼ਤੈਦੀ ਨਾਲ ਇਹਨੂੰ ਚੇਜ਼ ਕਰਨਾ ਸ਼ੁਰੂ ਕੀਤਾ ਅਤੇ ਸਾਰੀ ਰਾਤ ਸਾਡੀਆਂ ਡਿਫਰੈਂਟ ਪਾਰਟੀਆਂ ਨੂੰ ਚੇਜ਼ ਕਰਦੀਆਂ ਰਹੀਆਂ। ਅੱਜ ਇਹਨੂੰ ਅਸੀਂ ਗ੍ਰਿਫਤਾਰ ਕੀਤਾ, ਨਿਹਾਲ ਸਿੰਘ ਵਾਲਾ ਏਰੀਏ 'ਚੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ। ਜਿਹੜਾ ਕ੍ਰਾਈਮ 'ਚ ਵਰਤਿਆ ਗਿਆ ਵੈਪਨ 32 ਬੋਰ ਦਾ ਉਹ ਵੀ ਰਿਕਵਰ ਹੋ ਗਿਆ ਅਤੇ ਕਾਰ ਵੀ ਰਿਕਵਰ ਹੋ ਗਈ। ਹੁਣ ਇਹਦੀ ਇਨਵੈਸਟੀਗੇਸ਼ਨ ਚੱਲੂਗੀ। ਸੋ ਇਹਨੂੰ ਵੇਖਾਂਗੇ ਵੀ ਕੀ ਇਹਦੇ 'ਚ ਜਿਹੜਾ ਹੈਗਾ ਵਾ ਕੀ ਕਾਰਨ ਸੀਗਾ ਵੀ ਇਹਨੇ ਐਡਾ ਵੱਡਾ ਸਟੈਪ ਲਿਆ, ਔਰ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਅਤੇ ਆਉਣ ਵਾਲੇ ਦਿਨਾਂ 'ਚ ਇਹ ਵੀ ਸਾਰੀ ਗੱਲ ਕਲੀਅਰ ਹੋ ਜਾਏਗੀ। ਇਹਨੂੰ ਅੱਜ ਅਰੈਸਟ ਹੋਇਆ, ਇਹ ਅੱਜ ਇਹਦਾ ਮੈਡੀਕਲ ਵਗੈਰਾ ਕਰਾ ਕੇ ਹੋਰ